ਸਸ ਸਗਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੇ ਹੈ ਜੀ ਰਿਕਰੂਟਮੈਂਟ ਦੇ ਵਿੱਚ ਅਲੱਗ-ਅਲੱਗ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਦੋ ਤਰ੍ਹਾਂ ਦੀਆਂ ਵੈਕੈਂਸੀਜ਼ ਨੇ ਦੋਨਾਂ ਦੇ ਬਾਰੇ ਵਿੱਚ ਤੁਹਾਨੂੰ ਡਿਟੇਲ ਚ ਇਨਫੋਰਮੇਸ਼ਨ ਜਿਹੜੀ ਜਿਵੇਂ ਦਵਾਂਗਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੇਣਾ ਬੈਲ ਆਈਕਨ ਵੀ ਦਬਾ ਲੈ ਕਰ पाओ वैकेंसीज ਦੀ ਗੱਲ ਕਰੀਏ ਤਾਂ ਹੋਰ ਕਈ ਵੈਕੈਂਸੀ ਜਿਹੜੀਆਂ ਨੇ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਇਸੇ ਦੇ ਨਾਲ ਸਾਡੀ ਵੈਬਸਾਈਟ ਜੋ ਕਿ meetacademy.xyz ਤੁਸੀਂ ਉੱਥੇ ਵੀ ਜਾ ਸਕਦੇ ਹੋ google.com ਜਾ ਕੇ ਟਾਈਪ ਕਰੋਗੇ ਫਸਟ ਨੰਬਰ ਤੇ ਸਾਡੀ ਵੈਬਸਾਈਟ ਜਿਹੜੀ ਤੁਹਾਨੂੰ ਮਿਲ ਜਾਵੇਗੀ ਉੱਥੋਂ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਨੂੰ ਜਿਹੜੀ ਉਹ ਮਿਲ ਜਾਂਦੀ ਹੈ ਜੀ ਤੇ ਨਾਲ ਦੇ ਨਾਲ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਅਗਰ ਤਿਆਰੀ ਕਰ ਰਹੇ ਹੋ ਉਸ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ अवेलेबल ਹੈ ਜੀ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹ ਕੀ ਕਰ ਸਕਦੇ ਹਾਂ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਇਹਦੇ ਲਈ ਅਪਲਾਈ ਕਿੱਦਾਂ ਕਰਨਾ ਹੋਏਗਾ ਪਹਿਲੀ ਪੋਸਟ ਦੇ ਲਈ ਦੂਜੀ ਪੋਸਟ ਦੇ ਲਈ ਦੂਜਾ ਨੋਟੀਫਿਕੇਸ਼ਨ ਹੈ ਫਿਰ ਮੈਂ ਤੁਹਾਨੂੰ ਅੱਗੇ ਦੱਸਾਂਗਾ ਉਹਦੇ ਲਈ ਵੀ ਕਿੱਦਾਂ ਅਪਲਾਈ ਕਰਨਾ ਜੀ ਇਸ ਪੋਸਟ ਲਈ ਅਪਲਾਈ ਕਰਨ ਦੇ ਲਈ ਆਫਲਾਈਨ ਅਪਲਾਈ ਕਰਨਾ ਹੋਏਗਾ ਜੀ ਇਹ ਨੋਟੀਫਿਕੇਸ਼ਨ ਦੇ ਨਾਲ ਉਹਨਾਂ ਨੇ ਐਪਲੀਕੇਸ਼ਨ ਫਾਰਮੈਟ ਦਿੱਤਾ ਹੋਇਆ ਹੈ ਇਹਨੂੰ ਤੁਸੀਂ ਖੁਦ ਵੀ ਤਿਆਰ ਕਰ ਸਕਦੇ ਹੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਦਾ ਤੁਸੀਂ ਆਪਣਾ ਨਾਮ ਫਾਦਰ ਨੇਮ ਡੇਟ ਆਫ ਬਰਥ ਆਪਣੀ ਲਿਖਣੀ ਹੈ ਜੀ ਕਿਸੇ ਫਾਰਮੈਟ ਚ ਲਿਖ ਸਕਦੇ ਹੋ ਪਰ ਕਲੀਅਰ ਹੋਣੀ ਚਾਹੀਦੀ ਹੈ 에ਜ ਤੁਹਾਡੀ ਕਿੰਨੀ ਬਣਦੀ ਹੈ 1 1 2022 ਤੱਕ ਕੈਟਾਗਰੀ ਕਿਸ ਨੂੰ ਬਿਲੋਂਗ ਕਰਦੇ ਹੋ ਕੁਆਲਿਫਿਕੇਸ਼ਨ ਕੀ ਹੈ ਤੁਹਾਡਾ ਪਰਮਨੈਂਟ ਐਡਰੈਸ ਕੀ ਹੈ ਠੀਕ ਹੈ ਜੀ ਕੋਰਸਪੋਂਡੈਂਸ ਐਡਰੈਸ ਡਿਟੇਲ ਆਫ ਵਰਕ ਐਕਸਪੀਰੀਅੰਸ ਤੁਹਾਨੂੰ ਅਗਰ ਹੈਗਾ ਤੁਸੀਂ ਲਿਖ ਸਕਦੇ ਹੋ ਜੀ ਕੰਟੈਕਟ ਨੰਬਰ ਤੇ ਈਮੇਲ ਆਈਡੀ ਇਹ ਦੋਨੋਂ ਹੀ ਤੁਸੀਂ ਲਿਖਣੀਆਂ ਹੋਣਗੀਆਂ ਡੈਕਲੇਰੇਸ਼ਨ ਤੇ ਸਾਈਨ ਕਰਕੇ ਨਾਲ ਸਾਰੇ ਡਾਕੂਮੈਂਟ ਕਰੋਗੇ ਅਟੈਚ ਤੇ ਇਹਨਾਂ ਦਿੱਤੇ ਗਏ ਐਡਰੈਸ ਦੇ ਪਰ ਤੁਸੀਂ ਕਰ ਦੋਗੇ ਸ਼ੇਅਰ ਸੋ ਇਹ ਹੀ ਹੈ ਨਹੀਂ ਹੈਗਾ ਜੀ ਹੁਣ ਅਸੀਂ ਗੱਲ ਕਰ ਲੈਨੇ ਪਹਿਲੀ ਪੋਸਟ ਦੇ ਬਾਰੇ ਵਿੱਚ ਇਹ ਜਿਹੜੀ ਪੋਸਟ ਆਫਿਸ ਆਫ ਡਿਸਟ੍ਰਿਕਟ ਸੈਸ਼ਨ ਜੱਜ ਗੁਰਦਾਸ ਬਲੂਵਾਲਾ ਇਨਵਾਈਟ ਕੀਤੇ ਗਏ ہیں جس ਦੇ ਚ ਲਿਫਟ ਆਪਰੇਟਰ ਦੀਆਂ ਵੈਕੈਂਸੀਸ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਜੀ ਟੋਟਲ 12 ਵੈਕੈਂਸੀਸ ਨੇ ਜਨਰਲ ਦੇ ਲਈ 6 ਐਸਸੀ ਦੇ ਲਈ 3 ای ایس ਐਮ ਜਨਰਲ ਦੇ ਲਈ 1 BC ਦੇ ਲਈ ਇੱਕ ਔਰ PHC ਦੇ ਲਈ ਇੱਕ ਜਿਹੜੀ ਪੋਸਟ ਹੈ ਉਹ ਆਊਟ ਕੀਤੀ ਗਈ ਹੈ ਐਸ ਪਰ DC ਰੇਟ ਤੁਹਾਡੀ ਸੈਲਰੀ ਜਿਹੜੀ ਹੈ ਜਿਸ ਦੇ ਵਿੱਚ ਰਹਿਣ ਵਾਲੀ ਹੈ ਕੈਂਡੀਡੇਟ ਜਿਹੜੇ 18 ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ एलिजिਬਲ ਨੇ ਅਪਲਾਈ ਕਰ ਸਕਦੇ ਨੇ ਏਜ ਰੈਲੈਕਸੇਸ਼ਨ ਐਸ ਪਰ ਗਵਰਨਮੈਂਟ ਨੋਰਮ ਪੰਜਾਬ ਗਵਰਨਮੈਂਟ ਤੁਹਾਨੂੰ ਦਿੱਤੀ ਹੀ ਜਾਏਗੀ ਜਿਨ੍ਹਾਂ ਨੇ میٹرਿਕ ਕੀਤੀ ਹੋਈ ਹੈ ITI ਟ੍ਰੇਡ ਸਰਟੀਫਿਕੇਟ ਹੈਗਾ ਉਹਨਾਂ ਕੋ ਇਲੈਕਟ੍ਰੀਕਲ ਦੇ ਵਿੱਚ ਠੀਕ ਹੈ ਜੀ ਕਿਸੇ ਵੀ ਗਵਰਨਮੈਂਟ ਇੰਸਟੀਚਿਊਟ ਦਾ ਉਹ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਨੇ ਜੀ ਜਾਂ ਫਿਰ ਉਹਨਾਂ ਨੂੰ ਕੱਲਾ 5 ਇਅਰ ਦਾ ਐਕਸਪੀਰੀਅੰਸ ਵੀ ਹੈਗਾ ਠੀਕ ਹੈ ਜੀ ਉਹ ਆਪਰੇਸ਼ਨ ਦਾ ਮੇਨਟੇਨੈਂਸ ਦਾ ਲਿਫਟ ਆਪਰੇਟਰ ਦਾ ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਕਿਸੇ ਵੀ ਸੈਮੀ ਗਵਰਨਰ ਜਾਂ ਕਿਸੇ ਫਾਰਮ ਦੇ ਵਿੱਚ ਕੀਤਾ ਇਹਦੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਜੀ ਇਹ ਪਹਿਲਾ ਨੋਟੀਫਿਕੇਸ਼ਨ ਹੈ ਹੁਣ ਅਸੀਂ ਗੱਲ ਕਰ ਲੈਨੇ ਸੈਕੰਡ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਜੀ ਇਹ ਸੈਕੰਡ ਨੋਟੀਫਿਕੇਸ਼ਨ ਹੈ ਜਿਹਦੇ ਲਈ ਇਹ ਫਾਰਮੈਟ ਜਿਹੜਾ ਜੀ ਉਹਨਾਂ ਨੇ ਨਾਲ ਹੀ ਅਟੈਚ ਕੀਤਾ ਹੋਇਆ ਹੈ ਇਸ ਫਾਰਮੈਟ ਨੂੰ ਤੁਸੀਂ ਫਿਲ ਕਰੋਗੇ ਕੈਪੀਟਲ ਵਰਡਸ ਦੇ ਵਿੱਚ ਨਾਲ ਤੁਸੀਂ ਆਪਣੀ ਪਾਸਪੋਰਟ ਸਾਈਜ਼ ਪਲੇਨ ਬੈਕਗ੍ਰਾਉਂਡ ਦੇ ਨਾਲ ਕਲਰਡ ਫੋਟੋ ਜਿਹੜੀਆਂ ਰੀਸੈਂਟਲੀ ਖਿੱਚ ਡਿਪਲੋਮਾ ਜੋ ਵੀ ਤੁਸੀਂ ਕੀਤਾ ਉਹ ਲਿਖ ਸਕਦੇ ਹੋ ایکسپੀਰੀਅੰਸ ਅਗਰ ਹੈਗਾ ਤਾਂ ਉਹ ਵੀ ਲਿਖ ਸਕਦੇ ਹੋ ਸਿਗਨੇਚਰ ਕਰਕੇ ਨਾਲ ਸਾਰੇ ਡਾਕੂਮੈਂਟ ਤੁਸੀਂ ਕਰਨੇ ਨੇ ਜਿਹੜੇ ਉਹ ਅਟੈਚ ਤੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਤੁਸੀਂ ਕਰ ਦੇਣੇ ਨੇ ਸ਼ੇਅਰ ਹੁਣ ਅਸੀਂ ਗੱਲ ਕਰਦੇ ਹਾਂ ਇਹ ਨੋਟੀਫਿਕੇਸ਼ਨ ਵੀ ਆਫਿਸ ਆਫ ਡਿਸਟ੍ਰਿਕਟ ਸੈਸ਼ਨ ਜੱਜ ਗੁਰਦਾਸਪੁਰੋਂ ਆਊਟ ਕੀਤਾ ਗਿਆ ਜੀ ਕਲਰਕ ਦੀਆਂ ਵੈਕੈਂਸੀ ਜਿਹੜੀਆਂ ਨੇ ਇਹਦੇ ਵਿੱਚ ਆਊਟ ਕੀਤੀਆਂ ਗਈਆਂ ਨੇ ਟੋਟਲ ਵੈਕੈਂਸੀਜ਼ ਦੀ ਗੱਲ ਕਰਾਂ ਤਾਂ 20 ਵੈਕੈਂਸੀ ਜਿਹੜੀਆਂ ਨੇ ਆਊਟ ਕੀਤੀਆਂ ਨੇ ਜਨਰਲ ਦੇ ਲਈ 10 ਐਸਸੀ ਦੇ ਲਈ 2 ਬੀਸੀ ਦੇ ਲਈ 2 ਪੀਐਸਸੀ ਦੇ ਲਈ 1 ਈਐਸਐਮ ਜਨਰਲ ਦੇ ਲਈ ਕੋ ਵੈਕੈਂਸੀ ਆਊਟ ਕੀਤੀ ਗਈ ਹੈ ਜੀ ਔਰ ਇਸ ਦੇ ਵਿੱਚ ਇਹਨਾਂ ਨੇ ਬਾਕੀ ਡੀਟੇਲ ਜਿਹੜੀਆਂ ਮੈਂਸ਼ਨ ਕੀਤੀ ਹੋਈਆਂ ਨੇ ਐਸ ਪਰ ਗਵਰਨਮੈਂਟ ਨੋਰਮ ਤੁਹਾਡੀ ਸੈਲਰੀ ਜਿਹੜੀ ਹੈ ਜਿਸ ਦੇ ਵਿੱਚ ਰਹਿਣ ਵਾਲੀ ਹੈ ਸੋ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀਏ ਕੁਆਲਿਫਿਕੇਸ਼ਨ ਦੀ ਇਸ ਦੇ ਵਿੱਚ ਜਿੰਨੇ ਕੈਂਡੀਡੇਟ ਨੇ ਬੀਏ ਕੀਤਾ ਹੋਇਆ ਬੀਐਸਸੀ ਕੀਤੀ ਹੋਈ ਹੈ ਇਸ ਦੇ ਇਕੁਇਵਲੈਂਟ ਕਿਸੇ ਵੀ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਪੰਜਾਬੀ ਸਬਜੈਕਟ ਨਾਲ 10ਵੀਂ ਪਾਸ ਆਊਟ ਕੀਤੀ ਹੋਈ ਹੈ ਔਰ ਉਹਨਾਂ ਨੂੰ ਕੰਪਿਊਟਰ ਦੀ ਪ੍ਰੋਫੀਸ਼ੀਐਂਸੀ ਹੈਗੀ ਹੈ ਮਲ ਚਲਾਉਣਾ ਆਉਂਦਾ ਹੈ ਰਿਕਰੂਟਮੈਂਟ ਕਰਾਈਟੇਰੀਆ ਮੈਰਿਟ ਬੇਸਿਸ ਤੇ ਹੋਏਗਾ ਕੁਆਲ ਠੀਕ ਹੈ ਜੀ ਸੋ ਕੈਂਡੀਡੇਟ ਨੇ ਕੋਈ ਡਿਗਰੀ ਡਿਪਲੋਮਾ ਹੈਗਾ ਕੈਂਡੀਡੇਟ ਜਿਹੜੇ ਨੇ ਉਹਨਾਂ ਨੂੰ ਕੁਆਲੀਫਿਕੇਸ਼ਨ ਦੇ ਬੇਸਿਸ ਤੇ ਕੰਪਿਊਟਰ ਪ੍ਰੋਫੀਸ਼ੈਂਸੀ ਟੈਸਟ ਤੁਹਾਡਾ ਲੈਟਾ ਦਿੱਤਾ ਜਾਏਗਾ ਠੀਕ ਹੈ ਜੀ ਟੈਸਟ ਔਰ ਇੰਟਰਵਿਊ ਦੇ ਬੇਸਿਸ ਤੇ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਜਿਸ ਦੇ ਵਿੱਚ ਹੋਣੀ ਹੈ ਜਿਨ੍ਹਾਂ ਨੇ ਬੀਏ ਬੀਏਸੀ ਕੀਤੀ ਹੋਈ ਹੈ ਉਹ ਅਪਲਾਈ ਕਰ ਸਕਦੇ ਨੇ 18 ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਉਹ ਐਲੀਜੀਬਲ ਨੇ ਤੇ ਅਪਲਾਈ ਇਹਦੇ ਵਿੱਚ ਕਰ ਸਕਦੇ ਨੇ ਏ ਦੇ ਰੈਕਸੇਸ਼ਨ ਵੀ ਦਿੱਤੀ ਜਾਏਗੀ ਜਿਹੜੇ ਰਿਜ਼ਰਵ ਕੈਟਾਗਰੀ ਨੂੰ ਬਿਲੋਂਗ ਕਰਦੇ ਨੇ ਸੋ ਬਾਕੀ ਡਿਟੇਲਸ ਇਹ ਮੈਂਸ਼ਨ ਕੀਤੀਆਂ ਹੋਈਆਂ ਜੀ 28 2022 ਤੱਕ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਸੋ ਜਲਦੀ ਨਾਲ ਜਾ ਕੇ ਤੁਸੀਂ ਅਪਲਾਈ ਕਰ ਲਵੋ ਦੋਨੋਂ ਲਿੰਕ ਮੈਂ ਡਿਸਕ੍ਰਿਪਸ਼ਨ ਚ ਤੁਹਾਨੂੰ ਦੇ ਦਿੱਤੇ ਨੇ ਨੋਟੀਫਿਕੇਸ਼ਨ ਦੇ ਚੈੱਕ ਕਰਕੇ ਜ਼ਰੂਰ ਅਪਲਾਈ ਕਰ ਲੈਣਾ ਜੀ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੇਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ